रहीम अस्सलाम वालेकुम सब दोस्त भाई जिम्मेदारान, मैं तो होस्ट आसफ रजा, तुम देख रहे हो मेरा यूट्यूब चैनल आसफ रजा रहमानी टिप्स दे नाल। तो हमेशा की तरह दोस्तों की खिदमत हाजिर हुए हैं एक नवे टॉपिक से, एक बेहतरीन और अहम टॉपिक जिहड़ा अजकल सीजन चल रहा है, मौसम बरसात चल रहा है, मौसम बरसात के जिहड़े असरात, बारिश के असरात जिहड़े साडियां सब्जियां ते असर अंदाज हुंदे ने, ਉਹ ਅਵਾਮਲ ਦੀ ਗੱਲ ਕਰਾਂਗੇ ਕਿ ਉਹ ਆਇਆ ਕਿ ਸਾਡੀਆਂ ਸਬਜ਼ੀਆਂ ਤੇ ਕਿੰਨੇ ਕੁ ਅਸਰ ਅੰਦਾਜ਼ ਹੁੰਦੇ ਨੇ ਤੇ ਅਸੀਂ ਉਹਨਾਂ ਤੋਂ ਕਿਵੇਂ ਬਚ ਸਕਦੇ ਹਾਂ, ਔਰ ਅਸੀਂ ਕਿਹੜੀ ਖੁਰਾਕ ਪਾ ਕੇ ਆਪਣੀਆਂ ਫਸਲਾਂ ਤੋਂ ਪੈਦਾਵਾਰ ਜ਼ਿਆਦਾ ਲੈ ਸਕਦੇ ਹਾਂ ਸਬਜ਼ੀਆਂ, ਕਿਉਂਕਿ ਬਾਰਿਸ਼ ਨਾਲ ਮੁਤਾਸਰ ਤਾਂ ਹੁੰਦੀਆਂ ਹੀ ਨੇ, ਕੋਈ ਵੀ ਸਬਜ਼ੀ ਹੈ ਕਿਸੇ ਕਿਸਮ ਦੀ ਵੀ ਸਬਜ਼ੀ ਤੁਸੀਂ ਲਾਈ ਉਹ ਬਾਰਿਸ਼ ਨਾਲ ਮੁਤਾਸਰ ਹੋਣੀ, ਲੇਕਿਨ ਅਸੀਂ ਇਹਦਾ ਹੱਲ ਕੱਢਾਂਗੇ ਇਨਸ਼ਾਅੱਲਾ ਕਿ ਅਸੀਂ ਇਸ ਤੋਂ ਕਿਵੇਂ ਬਚ ਸਕਦੇ ਹਾਂ ਇਹਦੇ ਅਸਰਾਂ ਤੋਂ। ਅੱਛਾ, ਮੈਂ ਤਫਸੀਲ ਵੱਲ ਜਾਵਣ ਤੋਂ ਪਹਿਲੇ ਦੋਸਤਾਂ ਅੱਗੇ ਰਿਕੁਐਸਟ ਕਰਾਂਗਾ ਕਿ ਜਿਹੜੇ ਦੋਸਤ ਨਵੇਂ ਆਏ ਨੇ ਮੇਰੇ ਚੈਨਲ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ, ਬੈਲ ਆਈਕਨ ਦਾ ਬਟਨ ਦਬਾ ਦੇਣ ਤਾਂ ਕਿ ਤਾਜ਼ਾ ਔਰ ਅੱਛੀਆਂ ਵੀਡੀਓਜ਼ ਦੋਸਤਾਂ ਦੇ ਤੱਕ ਪਹੁੰਚ ਸਕਣ। ਤੋ ਮੈਂ ਬਿਬਲਾ ਤਖੀਰ ਆਪਣੇ ਟੌਪਿਕ ਦਾ ਲਾਣਾ ਜੀ, ਬਾਰਿਸ਼ਾਂ ਸਾਡੀਆਂ ਸਬਜ਼ੀਆਂ ਤੇ ਕਿਸ ਤਰ੍ਹਾਂ ਅਸਰ ਅੰਦਾਜ਼ ਹੁੰਦੀਆਂ। ਨੰਬਰ 1 ਤੇ ਮੈਂ ਹਰ ਵੀਡੀਓ ਜਿਹੜੀਆਂ ਵੀ ਪਹਿਲੇ ਦੋਸਤ ਦੇਖ ਚੁੱਕੇ ਨੇ ਹਰ ਵੀਡੀਓਜ਼ ਤੇ ਮੈਂ ਇਹ ਗੱਲ ਕਰਦਾ ਹੁੰਦਾ ਕਿ ਸਬਜ਼ੀਆਂ ਹਮੇਸ਼ਾ ਉਹਨਾਂ ਜ਼ਮੀਨਾਂ ਤੇ ਲਾਓ ਜਿਹੜੀਆਂ ਜ਼ਮੀਨਾਂ ਦਾ ਨਿਕਾਸ ਬਿਹਤਰ ਹੋਵੇ, ਪਾਣੀ ਦਾ ਨਿਕਾਸ ਅੱਛਾ ਹੋਵੇ, ਬਾਰਿਸ਼ ਜ਼ਿਆਦਾ ਆਵੇ ਜਾਂ ਪਾਣੀ ਕੋਈ ਜ਼ਿਆਦਾ ਖੇਤ ਨੂੰ ਚਲਾ ਜਾਏ ਔਰ ਉਹਨਾਂ ਦਾ ਨਿਕਾਸ ਅੱਛਾ ਹੋਵੇ ਕਿ ਉਹ ਪਾਣੀ ਕੱਢ ਦਿੱਤਾ ਜਾਏ। ਮੈਂ ਹਰ ਵੀਡੀਓ 'ਚ ਦੋਸਤਾਂ ਅੱਗੇ ਰਿਕੁਐਸਟ ਕਰਦਾ, ਬਹਰਹਾਲ ਅਗਰ ਪਾਣੀ ਕੱਢਦੇ ਹੋ, ਖੇਤਾਂ 'ਚੋਂ ਪਾਣੀ ਨਿਕਾਲਦੇ ਹੋ ਤੇ ਫਿਰ ਵੀ ਪਾਣੀ ਕੁਛ ਰਹਿ ਜਾਂਦਾ ਖੇਰੀਆਂ ਪੱਟੜੀਆਂ ਦੇ ਅੰਦਰ ਜਾਂ ਹਮਵਾਰ ਜ਼ਮੀਨ ਤੁਸਾਂ ਕੋਈ ਸਬਜ਼ੀਆਂ ਲਾਈਆਂ ਨੇ ਉਹਨਾਂ ਵਿੱਚ ਪਾਣੀ ਰਹਿ ਜਾਂਦਾ ਹੈ ਤੇ ਉਹ ਦੋਸਤ ਕੀ ਕਰਨ? ਨੰਬਰ 1 ਤੇ ਜਿਹੜੀ ਵੀ ਸਬਜ਼ੀ ਆਪਾਂ ਲਾਵਾਂਗੇ ਬਾਰਿਸ਼ਾਂ ਦੇ ਦਿਨਾਂ ਦੇ ਵਿੱਚ, ਇੱਕ ਤਾਂ ਫਲ ਦੀ ਜਿਹੜੀ ਵਰਾਇਟੀ ਘੱਟ ਜਾਂਦੀ ਹੈ, ਫਲ ਦੀ ਜਿਹੜੀ ਕੰਡੀਸ਼ਨ ਹੈ, ਫੁੱਲਾਂ ਦੀ ਕੰਡੀਸ਼ਨ ਹੈ, ਫੁੱਲਾਂ ਦਾ ਕੇਰਾ ਸ਼ੁਰੂ ਹੋ ਜਾਂਦਾ ਹੈ ਔਰ ਫਲ ਅੱਛਾ ਤਰੀਕੇ ਨਾਲ ਨਹੀਂ ਗਰੋਥ ਕਰ ਰਿਹਾ ਹੁੰਦਾ। ਸਾਡੀਆਂ ਸਬਜ਼ੀਆਂ ਮਸਲਨ ਕੱਦੂ ਲਗਾਇਆ ਜਾਂ ਭਿੰਡੀ ਲਗਾਈ ਏ, ਤੋਰੀਆਂ ਲਗਾਈਆਂ ਨੇ, ਘੀਆ ਤੋਰੀ ਲਗਾਈ ਏ, ਕਰੇਲੇ ਲਗਾਏ ਨੇ, ਪਾਲਕ ਲਗਾਈ ਏ, ਕੋਈ ਵੀ ਸਬਜ਼ੀਆਂ ਤੁਸੀਂ ਲਗਾਈਆਂ ਨੇ, ਮੂਲੀ, ਸ਼ਲਜਮ, ਹਰ ਚੀਜ਼ ਦੀ ਮੈਂ ਗੱਲ ਕਰਨਾ ਚਾਹਾਂ। ਪਹਿਲੇ ਨੰਬਰ 'ਤੇ ਕੱਦੂ ਜਾਂ ਭਿੰਡੀ ਜਾਂ ਤੋਰੀ, ਇਹਨਾਂ ਦੀ ਗਰੋਥ ਜ਼ਿਆਦਾ ਹੋਵੇਗੀ ਬਾਰਿਸ਼ਾਂ ਦਿਨਾਂ 'ਚ ਔਰ ਫਲ ਘੱਟ ਲਾਣ, ਔਰ ਜਿਹੜਾ ਫਲ ਲੱਗੇਗਾ ਉਹ ਪੀਲਾ ਹੋ ਜਾਏਗਾ, ਕੇਰਾ ਹੋ ਜਾਏਗਾ। ਇਹਦੀ ਰੋਕਥਾਮ ਇਨਸ਼ਾਅੱਲਾ ਦੋਸਤਾਂ ਨਾਲ ਸ਼ੇਅਰ ਕਰਨਾ। ਅਗਰ ਪਾਣੀ ਜ਼ਿਆਦਾ ਮਤਲਬ ਖੇੜੀਆਂ ਦੇ ਵਿੱਚ ਖੜਾ ਹੈ ਤਾਂ ਤੁਸੀਂ ਖਾਦ ਲੈ ਲੈਣੀ ਹੈ, ਯੂਰੀਆ ਖਾਦ ਮੁਨਾਸਬ ਮਕਦਾਰ ਦੇ ਅੰਦਰ, ਅਗਰ ਏਕੜ ਦੇ ਖੇਲੀਆਂ ਦੇ ਹਿਸਾਬ ਨਾਲ ਜ਼ਿਆਦਾ ਖੇਲੀਆਂ ਨੇ ਤੇ ਜ਼ਿਆਦਾ ਖਾਦ, ਘੱਟ ਖੇਲੀਆਂ ਨੇ ਤੇ ਘੱਟ ਖਾਦ। ਉਹਦੇ ਵਿੱਚ ਤੁਸੀਂ ਸਲਫਰ ਲੈਣਾ, 80% ਸਲਫਰ ਮਾਰਕੀਟ ਦੇ ਵਿੱਚੋਂ ਬਆਸਾਨੀ ਮਿਲ ਜਾਂਦਾ ਹੈ, ਪਰ 1-2 KG ਤੁਸੀਂ ਖਾਦ ਵਿੱਚ ਮਿਕਸ ਕਰਕੇ ਵਿੱਚ ਕੇਰਾ ਕਰ ਦੇਣਾ, ਜਾਂ ਹੋਮੇ ਕਿ ਸਿਰ ਦਾਣੇਦਾਰ ਮਿਲ ਜਾਂਦਾ ਬਾਜ਼ਾਰ ਵਿੱਚੋਂ ਬਆਸਾਨੀ ਤਰੀਕੇ ਦੇ ਨਾਲ, ਯੂਰੀਆ ਖਾਦ ਵਿੱਚ ਮਿਕਸ ਕਰਕੇ ਵਿੱਚ ਕੇਰਾ ਕਰ ਦੇਣਾ। ਇਹ ਉਹ ਚੀਜ਼ਾਂ ਨੇ ਜਿਹੜੀਆਂ ਜ਼ਮੀਨ ਨੂੰ ਪੋਲਿਆਂ ਕਰ ਦਿੰਦੀਆਂ ਨੇ, ਬੁਰਬਰਾ ਕਰ ਦਿੰਦੀਆਂ ਨੇ ਔਰ ਪਾਣੀ ਜ਼ਮੀਨ ਖੁਸ਼ ਕਰ ਜਾਂਦੀ ਹੈ, ਪਾਣੀ ਅੱਛੇ ਤਰੀਕੇ ਨਾਲ ਜਜ਼ਬ ਹੋ ਜਾਂਦਾ ਹੈ। ਇਹਦੇ ਨਾਲ ਜੜ੍ਹਾਂ ਨੂੰ ਜਿਹੜੀ ਬਿਮਾਰੀ ਲੱਗਦੀ ਹੈ ਉਹ ਵੀ ਨਹੀਂ ਲੱਗੇਗੀ, ਫੰਗਸ ਵਗੈਰਾ ਵੀ ਨਹੀਂ ਲੱਗੇਗੀ, ਪੌਦਾ ਅੱਛੇ ਤਰੀਕੇ ਨਾਲ ਆਪਦੀ ਗਰੋਥ ਜਾਰੀ ਰੱਖੇਗਾ।
ਔਰ ਜਿਹੜੇ ਨਾਲ ਫਲ ਲੱਗਦਾ ਪੀਲਾ ਹੋ ਜਾਂਦਾ ਜਾਂ ਬਾਰਿਸ਼ਾਂ ਦੀ ਵਜ੍ਹਾ ਤੋਂ ਉਹਦੇ ਤੇ ਜੋ ਅਸਰ ਅੰਦਾਜ਼ ਬਿਮਾਰੀਆਂ ਹੁੰਦੀਆਂ ਨੇ ਉਹਨਾਂ ਦੇ ਰੋਕਥਾਮ ਜਿਹੜੇ ਵੀ ਤੁਸੀਂ ਫੰਜੀਸਾਈਡ ਜਾਂ ਕੀੜੇ ਮਾਰ ਕੋਈ ਵੀ ਸਪਰੇ ਕਰੋਗੇ ਉਹਦੇ ਵਿੱਚ ਦੋਸਤਾਂ ਨੇ ਕੋਸ਼ਿਸ਼ ਕਰਨੀ ਹੈ ਕਿ ਪੋਟਾਸ਼ ਦਾ ਇਸਤੇਮਾਲ ਕੀਤਾ ਜਾਵੇ, ਬੋਰਾਨ ਦਾ ਇਸਤੇਮਾਲ ਕੀਤਾ ਜਾਵੇ, ਮੈਗਨੇਸ਼ੀਅਮ। ਇਹ ਮਾਰਕੀਟ ਦੇ ਵਿੱਚ ਬਆਸਾਨੀ ਤਰੀਕੇ ਦੇ ਨਾਲ ਇਹ ਚੀਜ਼ਾਂ ਮਿਲ ਜਾਂਦੀਆਂ ਨੇ। ਇਹ ਇੱਕ ਲੀਟਰ ਦੇ ਵਿੱਚ ਮਤਲਬ ਪੋਟਾਸ਼ ਅਗਰ ਲਿਕੁਅਡ ਹੈ ਉਹਦੇ ਵਿੱਚ ਕਈ ਪ੍ਰੋਡਕਟ ਐਸੇ ਨੇ, ਕਈ ਕੰਪਨੀਆਂ ਕੋਲ ਐਸੇ ਪ੍ਰੋਡਕਟ ਨੇ ਜਿਹਨਾਂ ਦੇ ਵਿੱਚ ਇਹ ਹਰ ਚੀਜ਼ ਪਾਈ ਜਾਂਦੀ, ਮੈਗਨੇਸ਼ੀਅਮ ਵੀ ਪਾਇਆ ਜਾਂਦਾ, ਕਾਪਰ ਵੀ ਪਾਇਆ ਜਾਂਦਾ, ਪੋਟਾਸ਼ ਵੀ ਪਾਈ ਜਾਂਦੀ। ਠੀਕ ਹੈ, ਇਹ ਚੀਜ਼ਾਂ ਦਾ ਤੁਸੀਂ ਸਪਰੇ ਨਾਲ ਲਾਜ਼ਮੀ ਕਰਨਾ ਹੈ ਕਿਉਂਕਿ ਉੱਤੋਂ ਜਿਹੜੀ ਚੀਜ਼ ਦੀ ਕਮੀ, ਇਹ ਪੌਦੇ ਨੂੰ ਕਿਸੇ ਵੀ ਚੀਜ਼ ਦੀ ਕਮੀ ਮਹਿਸੂਸ ਨਾ ਹੋਵੇ, ਉਹ ਆਪਦੀ ਗਰੋਥ ਵੀ ਵੈਸੇ ਜਾਰੀ ਰੱਖੇਗਾ ਔਰ ਫਰੂਟ ਅੱਲੇ ਵੀ ਤਵੱਜੋ ਪੌਦਾ ਦੇਗਾ, ਫਰੂਟ ਪੀਲਾ ਨਹੀਂ ਹੋਏਗਾ, ਫਰੂਟ ਕਿਰਾ ਨਹੀਂ ਕਰੇਗਾ। ਇਹਦੇ ਨਾਲ ਤੁਸੀਂ ਪੋਟਾਸ਼ ਦਾ ਇਸਤੇਮਾਲ ਲਾਜ਼ਮੀ ਕਰਨਾ ਹੈ। ਆਇਆ ਕਿ ਖੇਲੀਆਂ ਦੇ ਵਿੱਚ ਵੀ ਪੋਟਾਸ਼ ਕਿਰਾ ਵੀ ਹੋ ਜਾਂਦੀ ਹੈ, ਪਾਊਡਰ ਸ਼ੇ ਵਿੱਚ ਮਿਲਦੀ ਜਿਹੜੀ ਤੁਸੀਂ ਫਲੱਡ ਕਰ ਸਕਦੇ ਹੋ। ਫਲੱਡ ਤਾਂ ਆਪਾਂ ਉਸ ਟਾਈਮ ਪਾਣੀ ਬਾਰਿਸ਼ਾਂ ਦੀ ਵਜ੍ਹਾ ਤੋਂ ਜ਼ਿਆਦਾ ਨਹੀਂ ਲਗਾ ਸਕਦੇ, ਲਿਹਾਜ਼ਾ ਤੁਸੀਂ ਸਪਰੇ ਹੀ ਕਰੋਗੇ। ਇਹ ਉੱਤੋਂ ਵੀ ਖੁਰਾਕ ਉਵੇਂ ਹੀ ਅਸਰ ਕਰਦੀ ਹੈ ਜਿਵੇਂ ਜੜ੍ਹਾਂ ਨੂੰ ਅਸਰ ਕਰਦੀ। ਇਹ ਤਾਂ ਹੋ ਗਿਆ ਜੀ ਉਹ ਸਬਜ਼ੀਆਂ ਜਿਹੜੀਆਂ ਬਾਰਿਸ਼ ਦੀ ਵਜ੍ਹਾ ਤੋਂ ਮੁਤਾਸਰ ਹੁੰਦੀਆਂ ਨੇ, ਫਰੂਟਿੰਗ ਦੀ ਮੈਂ ਗੱਲ ਕਰ ਚੁੱਕਿਆ। ਹੁਣ ਬਾਕੀ ਦੋਸਤ ਆ ਜਾਣ, ਮੈਂ ਗੱਲ ਪਿੱਛੇ ਵੀ ਕਰ ਚੁੱਕਿਆ ਕਿ ਉਸ ਨਿਕਾਸ ਵਾਲੀਆਂ ਜ਼ਮੀਨਾਂ ਦੇ ਵਿੱਚ ਸਬਜ਼ੀਆਂ ਕਾਸ਼ਤ ਕਰਨ, ਜਾਂ ਜਿਹਨਾਂ ਦੋਸਤਾਂ ਨੇ ਕੀਤੀਆਂ ਨੇ ਔਰ ਪਾਣੀ ਦਾ ਨਿਕਾਸ ਉਹਨਾਂ ਕਰ ਲਿਆ, ਪਾਣੀ ਵਿੱਚ ਫਿਰ ਵੀ ਰਹਿ ਗਿਆ ਜਾਂ ਜ਼ਮੀਨ ਦੇ ਵਿੱਚ ਵੱਤਰ ਜ਼ਿਆਦਾ, ਨਮੀ ਜ਼ਿਆਦਾ, ਉਹਦੇ ਵਿੱਚ ਤੁਸੀਂ ਇਸ ਤਰ੍ਹਾਂ ਖਾਦ ਇਸਤੇਮਾਲ ਕਰੋ, ਯੂਰੀਆ ਦੇ ਵਿੱਚ ਸਲਫਰ ਪਾਓ ਜਾਂ ਓਮੇਟਿਸਡ ਪਾਓ, ਪੋਟਾਸ਼ ਦਾ ਇਸਤੇਮਾਲ ਕਰੋ, ਇਹ ਇਨਸ਼ਾਲਾ ਇਹ ਕੋਈ ਚੀਜ਼ ਅਸਰ ਅੰਦਾਜ਼ ਨਹੀਂ ਹੋਵੇਗੀ। ਉਹ ਹੁਣ ਹੋ ਗਿਆ ਜੀ ਇਹ, ਬਾਕੀ ਮੂਲੀ ਆ ਗਈ, ਸ਼ਲਜਮ ਆ ਗਿਆ, ਉਹ ਤਾਂ ਖੇਲੀ ਦੇ ਉੱਪਰ ਕਾਸ਼ਤ ਕੀਤਾ ਜਾਂਦਾ ਬੈੱਡ ਬਣਾ ਕੇ, ਉਹ ਕੋਸ਼ਿਸ਼ ਇਹੀ ਕਰਨੀ ਕਿ ਤੁਸੀਂ ਉਹਦਾ ਪਾਣੀ ਨਿਕਾਲ ਦਿਓ, ਪਾਣੀ ਨਿਕਾਲਣ ਤੋਂ ਬਾਅਦ ਉਹਦੇ ਵਿੱਚ ਵੀ ਖਾਦਾਂ ਦਾ ਇਸ ਤਰ੍ਹਾਂ ਇਸਤੇਮਾਲ ਕਰ ਦੇਣਾ ਜਿਵੇਂ ਮੈਂ ਦੋਸਤਾਂ ਨੂੰ ਦੱਸਿਆ, ਉਹ ਵੀ ਇਨਸ਼ਾਲਾ ਮਸਲਾ ਹੱਲ ਹੋ ਜਾਏਗਾ। ਜਿਸ ਨਮੀ ਜ਼ਿਆਦਾ ਨਹੀਂ ਆਏਗੀ, ਮੂਲੀ ਜਾਂ ਸ਼ਲਜਮ ਵਗੈਰਾ ਉਹ ਮੁਤਾਸਰ ਨਹੀਂ ਹੋਣਗੇ। ਇਹ ਹੋ ਗਿਆ ਜੀ ਚੰਦ ਚੀਜ਼ਾਂ ਜੋ ਮੈਂ ਜ਼ਰੂਰੀ ਸਮਝਦਾ ਸਾਂ ਦੋਸਤਾਂ ਨਾਲ ਸ਼ੇਅਰ ਕਰਨਾ ਬਾਰਿਸ਼ ਤੋਂ ਬਾਅਦ, ਮੌਸਮੇ ਬਰਸਾਤ ਤੋਂ ਬਾਅਦ ਦੋਸਤ ਇਹਨਾਂ ਚੀਜ਼ਾਂ 'ਤੇ ਲਾਜ਼ਮੀ ਤਵੱਜੋ ਦੇਣ। ਹੁਣ ਅਗਲੀ ਗੱਲ ਮੈਂ ਕਰਦਾ ਚੱਲਾਂ ਜੀ, ਅੱਗੇ ਤੁਸੀਂ ਜੋ ਵੀ ਸਬਜ਼ੀਆਂ ਕਾਸ਼ਤ ਕਰਨੀਆਂ ਨੇ ਉਹਨਾਂ ਦੇ ਵਿੱਚ ਪਿਆਜ਼ ਅਗਰ ਤੁਸੀਂ ਕਾਸ਼ਤ ਕਰ ਲਿਆ ਜਾਂ ਕਰਨਾ ਚਾਹ ਰਹੇ ਹੋ, ਖੇਲੀਆਂ ਮੌਕਾ ਮਿਲੇ ਤਾਂ ਖੇਲੀਆਂ ਤੁਸੀਂ ਬਣਾ ਲਓ, ਬਾਅਦ 'ਚ ਬਾਰਿਸ਼ ਵਗੈਰਾ ਹੋ ਵੀ ਜਾਏ ਤਾਂ ਉਹਦੇ ਵਿੱਚ ਪਿਆਜ਼ ਵਗੈਰਾ ਜਾਂ ਕੋਈ ਵੀ ਚੀਜ਼ ਅਸੀਂ ਲਗਾ ਸਕੀਏ। ਚੰਦ ਗੱਲਾਂ ਮੈਂ ਦੋਸਤਾਂ ਨਾਲ ਕਰਨਾ ਬਹੁਤ ਜ਼ਰੂਰੀ ਸਮਝਦਾ ਸਾਂ ਕਿ ਬਾਰਿਸ਼ਾਂ ਜ਼ਿਆਦਾ, ਬਾਰਿਸ਼ਾਂ ਦੀ ਵਜ੍ਹਾ ਤੋਂ ਸਬਜ਼ੀਆਂ ਕਾਸ਼ਤ ਕਰਨ ਵਾਲੇ ਜ਼ਿਮੀਂਦਾਰ ਜ਼ਿਆਦਾ ਪਰੇਸ਼ਾਨ ਨਾ ਹੋਣ, ਪਾਣੀ ਦਾ ਨਿਕਾਸ ਕਰਕੇ ਅਤੇ ਇਸ ਤਰ੍ਹਾਂ ਹੀ ਖਾਦਾਂ ਦਾ ਇਸਤੇਮਾਲ ਕਰਕੇ ਉੱਪਰ ਫਰਟੀਲਾਈਜ਼ਰ ਅੱਛੇ ਤਰੀਕੇ ਨਾਲ ਸਪਰੇ ਕਰਦੇ ਨੇ, ਉਹ ਇਨਸ਼ਾਲਾ ਕਿਸੇ ਵੀ ਪਰੇਸ਼ਾਨੀ ਦਾ ਸਬੱਬ ਨਹੀਂ ਬਣਨਗੇ। ਕੋਸ਼ਿਸ਼ ਕੀਤਾ ਗੱਲਾਂ ਦੇ ਵਿੱਚ ਦੋਸਤਾਂ ਨੂੰ ਸਮਝਾ ਦਿਆਂ ਜੋ ਇਹਦੇ ਅਵਾਮਲ ਸੀ, ਜਿਸ ਤਰ੍ਹਾਂ ਅਸਰ ਅੰਦਾਜ਼ ਹੁੰਦੀਆਂ ਨੇ ਬਾਰਿਸ਼ਾਂ ਆਪਣੀਆਂ ਸਬਜ਼ੀਆਂ 'ਤੇ। ਦੋਸਤਾਂ ਨਾਲ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਨੂੰ ਸਾਦਾ ਲਫ਼ਜ਼ਾਂ ਦੇ ਵਿੱਚ ਕੁਛ ਗੱਲਾਂ ਦੱਸਾਂ ਜਿਹਦੇ 'ਤੇ ਅਮਲ ਕਰਕੇ ਦੋਸਤ ਉਸ 'ਤੇ ਅਮਲ ਕਰਕੇ ਫਾਇਦਾ ਹਾਸਲ ਕਰ ਸਕਣ ਔਰ ਪੈਦਾਵਾਰ ਦੇ ਵਿੱਚ ਯਕੀਨਨ ਇਜ਼ਾਫਾ ਕਰ ਸਕਣ। ਇਸ ਦੇ ਨਾਲ ਹੀ ਮੈਨੂੰ ਇਜਾਜ਼ਤ ਦਿਓ, ਮੈਂ ਤਾਰਫ ਕਰਾਂਦਾ ਚੱਲਾਂ ਜੀ। ਆਸਫ ਰਜ਼ਾ ਮੇਰਾ ਨਾਂ ਹੈ ਜੀ, ਆਸਫ ਰਜ਼ਾ ਰਹਿਮਾਨੀ ਟਿਪਸ ਦੇ ਨਾਂ 'ਤੇ ਮੇਰਾ ਯੂਟਿਊਬ ਚੈਨਲ ਹੈ ਅਤੇ ਸਮਰ ਜ਼ਰੀ ਸਪਰੇ ਸੈਂਟਰ ਦੇ ਨਾਂ 'ਤੇ ਮੇਰੀ ਸ਼ੋਪ ਹੈ। ਮੇਰਾ ਵਟਸਐਪ ਨੰਬਰ, ਮੇਰਾ ਸੈੱਲ ਨੰਬਰ ਸਕਰੀਨ 'ਤੇ ਆ ਰਿਹਾ। ਕਿਸੇ ਵੀ ਕਿਸਮ ਦਾ ਕੋਈ ਮਸਲਾ ਹੈ, ਕੋਈ ਮਸ਼ਵਰਾ ਕਰਨਾ ਚਾਹ ਰਹੇ ਨੇ ਦੋਸਤ,
ਹਰ ਕਿਸਮ ਦੇ ਜ਼ਰੀਏ ਅਦਵੀਆਤ ਦੇ ਬਾਰੇ ਜਾਂ ਕਿਸੇ ਵੀ ਕਿਸਮ ਦੇ ਕੋਈ ਫਸਲਾਂ ਦੀ ਬਿਮਾਰੀ ਆ ਰਹੀ ਹੈ, ਕਿਸੇ ਵੀ ਕਿਸਮ ਦਾ ਕੋਈ ਮਸਲਾ ਦਰਪੇਸ਼ ਆ ਰਿਹਾ, ਵਟਸਐਪ ਕਰੋ ਜਾਂ ਫੋਨ ਮਿਲਾਓ। ਮੈਂ ਇਨਸ਼ਾਅੱਲਾ ਤੁਹਾਡੀ ਹਰ ਕਾਲ ਸੁਣਾਂਗਾ, ਹਰ ਕਾਲ ਦਾ ਜਵਾਬ ਮਿਲੇਗਾ, ਵਟਸਐਪ ਦਾ ਜਵਾਬ ਮਿਲੇਗਾ। ਕੋਸ਼ਿਸ਼ ਕਰਾਂਗਾ ਕਿ ਦੋਸਤਾਂ ਦੀ ਰਹਿਨਮਾਈ ਕਰ ਸਕਾਂ। ਤੋ ਇਸ ਦੇ ਨਾਲ ਹੀ ਇਜਾਜ਼ਤ ਦਿਓ, ਅੱਲਾਹ ਹਾਫਿਜ਼।